ताली के साथ ताली। ਹਾਂਜੀ, ਕੀ ਸ਼ੁਭ ਨਾਮ ਹੈ ਜੀ ਆਪਣਾ? ਹਰਸ਼। ਹਰਸ਼, ਜਿਹੜਾ ਅੱਜ ਜਾਗਰਨ ਹੋ ਰਿਹਾ, ਕਿੰਨਵਾਂ ਜਾਗਰਨ ਹੈ, ਕਿੱਥੇ? ਮਾਂ ਯੂਐਸ ਸੋਸਾਇਟੀ ਵੱਲੋਂ ਚੌਥਾ ਸਲਾਨਾ ਜਾਗਰਨ ਹੋ ਰਿਹਾ ਧੂਮ ਧਾਮ ਨਾਲ। ਇਹ ਫਤਿਹ ਸਿੰਘ ਲੋਨੀ ਗਲੀ ਨੰਬਰ 35 ਹੋ ਰਿਹਾ, ਗੇਟ ਗੇਮਾ ਨੀਅਰ। ਕਿਹਨਾਂ ਦੇ ਵੱਲੋਂ ਕਰਾਇਆ ਗਿਆ? ਇਹ ਸਾਡੇ ਮੁੰਡੇ ਵੱਲੋਂ ਕਰਾਇਆ ਗਿਆ ਸਾਰੇ। ਕੀ ਕਮੇਟੀ ਦਾ ਨਾਮ? ਮਾਂ ਯੂਐਸ ਸੋਸਾਇਟੀ। ਓਕੇ, ਅੱਜ ਕਿਹੜੇ ਸਿੰਗਰ, ਕਿਹੜੇ ਕਲਾਕਾਰ ਕਿਹੜੇ ਆਏ ਸੀ? ਕਲਾਕਾਰ ਆਏ ਸੀਗੇ ਓਮ ਆਰਟਸ ਜੀ, ਅਤੇ ਸਿੰਗਰ ਸੀਗੇ ਮਿੰਨੀ ਸਲੀਮ ਜੀ। ਠੀਕ ਹੈ ਜੀ। ਮਾਤਾ ਰਾਣੀ ਦੇ ਚਰਨ ਜਿਹੜੇ ਅੱਜ ਇਲਾਕੇ 'ਚ ਪਵਾਏ ਆ, ਸੰਗਤਾਂ ਨੇ ਵੀ ਸਹਿਯੋਗ ਕੀਤਾ, ਕੁਛ NRI ਭਰਾਵਾਂ ਨੇ, ਕੁਛ ਤੁਹਾਡੇ ਨਾਲ ਵੀ ਵੀਰ ਖਲੋਤੇ ਆ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਰਿਹਾ ਜਾਗਣਾ, ਸਾਰੇ ਵੀਰ ਭਰਾ ਵੱਜ ਸਿਰ 'ਤੇ ਹੁੰਦਾ ਵਾ, ਆਪਾਂ ਮਾਤਾ ਰਾਣੀ ਚੜ੍ਹਦੀ ਕਦੇ ਰੱਖੇ ਜਾਗਣਾ ਡੋਰ ਵੱਡਾ ਕਰਾਵੇ। ਜੈ ਮਾਤਾ ਜੀ। ਹਾਂਜੀ, ਕੀ ਸ਼ੁਭ ਨਾਮ ਹੈ? ਰੋਹਿਤ। ਰੋਹਿਤ, ਅੱਜ ਜਿਹੜਾ ਸਲਾਨਾ ਜਿਹੜਾ ਸਮਾਗਮ ਹੋਇਆ ਮਾਤਾ ਰਾਣੀ ਦਾ, ਕਿੰਨਵਾਂ ਆ ਅਤੇ ਕਿੱਥੇ ਹੋ ਰਿਹਾ? ਇਹ ਚੌਥਾ ਸਲਾਨਾ ਜਾਗਰਣ ਹੈ ਜੀ, ਫਤਿਹ ਸਿੰਘ ਕਲੋਨੀ ਗਲੀ ਨੰਬਰ 35। ਬਹੁਤ ਧੂਮਧਾਮ ਨਾਲ ਮਨਾਇਆ ਗਿਆ ਜੀ ਅੱਜ। ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਕਾਫੀ ਸੰਗਤਾਂ ਦੇ ਸਹਿਯੋਗ ਨਾਲ, ਵੀਰਾਂ ਦੇ ਸਹਿਯੋਗ ਨਾਲ ਕਿਹੜੀ ਕਮੇਟੀ ਵੱਲੋਂ ਮਨਾਇਆ ਗਿਆ? ਮਾਂ ਯੁਵਾ ਸੋਸਾਇਟੀ ਜੀ। ਹਾਂਜੀ, ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ? ਸੰਗਤਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਯੋਗਦਾਨ ਦਿੰਦੇ ਰਹੋ ਜੀ, ਮਾਤਾ ਰਾਣੀ ਸਾਡੇ 'ਤੇ ਮਿਹਰ ਕਰਦੀ ਰਹੇ, ਆਪਾਂ ਹਰ ਸਾਲ ਦੀ ਤਰ੍ਹਾਂ ਇਸ ਹਰ ਸਾਲ ਵੀ ਜਾਗਰਣ ਕਰਾਵਾਂਗੇ ਜੀ, ਇਸ ਸਾਲ ਦੀ ਤਰ੍ਹਾਂ ਜੀ। ਮਾਤਾ ਰਾਣੀ ਦੇ ਨਾਂ 'ਤੇ ਇੱਕ ਜਕਾਰਾ ਛੱਡ। ਜਕਾਰਾ ਮਛੇਰਾਂ ਵਾਲੀ ਦਾ, ਬੋਲ ਸਾਚੇ ਦਰਬਾਰ ਕੀ ਜੈ। ਚੜ੍ਹਦੀ